पिंड संघेरा दे वासियां नूं असीं पहलां भी काफ़ी बड़ी बेनती कर चुके हाँ जी, तो हुण फिर दोबारा तो बेनती कर रहे हैं। दरिया दे विच पाणी कल नालों कुछ ज़्यादा हो चुका वा, सो कृपा करके जो घर दरिया दे विच हले घरां विच हैगे आ असीं इह किश्ती तुहाडे लई भेज रहे हाँ। इहदे नाल ही आपो अपना जरूरी साजो समान लै के ते बच्चों लै के जो साडा कैंप बनिया उहदे विच पहुंच जाओ जी। पहले भी तुहानूं बहुत बार बेनती कर चुके हाँ ਤਾਂ ਜੋ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ, ਸੋ ਕਿਰਪਾ ਕਰਕੇ ਆਪਣਾ ਜ਼ਰੂਰੀ ਅਤੇ ਕੀਮਤੀ ਸਮਾਨ ਲੈ ਕੇ ਬੰਨ ਦੇ ਇਧਰਲੇ ਕੰਢੇ 'ਤੇ ਆ ਜਾਓ। ਅਸੀਂ ਦੁਬਾਰਾ ਫਿਰ ਕਿਸ਼ਤੀ ਤੋਂ ਡੈਲ ਭੇਜ ਰਹੇ ਹਾਂ ਜੀ, ਅਤੇ ਤੁਹਾਡੇ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਆਪੋ ਆਪਣਾ ਜ਼ਰੂਰੀ ਸਾਜੋ ਸਮਾਨ ਲੈ ਕੇ ਬੰਨ ਦੇ ਇਧਰਲੇ ਕੰਢੇ 'ਤੇ ਆ ਜਾਓ ਤਾਂ ਜੋ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ, ਸੋ ਕਿਰਪਾ ਕਰਕੇ ਕਿਸ਼ਤੀ ਆ ਰਹੀ ਹੈ ਅਤੇ ਦਰਿਆ ਦੇ ਇਧਰਲੇ ਬੰਨੇ ਦੇ ਆ ਜਾਓ। ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ। बिल्कुल जी, एक बार तो बिल्कुल पानी उतर गया सी। मैं आप इत्थे हो के गया इन्हां पिंडां दे विच, मैं घरां दे विच जाके तकरीबन मलादा अजे दो हफ्ते की गल है, घरां दे विच जाके सारी जिहड़ी साडियां राशन दी जिहड़े किट्टां वा वंड के गया। मैं अपील भी करके गया सी कि आपां हुण इन्हां घरां तों बाहर निकलीए, हुण आपां इन्हां घरां नूं तुहानूं बाहर जमीन जगह दिंदे आ तां आपां तुहाडे इत्थे कमरे पा के दिंदे आ, पर पता नहीं सीगा कि इह पाणी दुबारा भी आ सकदा। वो दोबारा कल जिहड़ा हैगा पानी दोबारा आया, तकरीबन 4-4.5 फुट जिहड़ा पानी आ दोबारा चढ़ गया। तो अज हुण सवेर तो असी जिहड़े उन्हां पिंडां दे विच जिहड़े लोग रह रहे ने, घरां दे विच जिहड़े लोग रह रहे ने, उन्हां नूं असी बाहर कढ रहे हां। ਗੇੜੀਆਂ ਲੱਗੀਆਂ ਹੋਈਆਂ ਨੇ ਅਤੇ ਉਹਨਾਂ ਨੂੰ ਵੇਖੋ, ਹਾਲ ਦੀ ਘੜੀ ਸਾਡੇ ਕੋਲ ਇੱਥੇ ਇੱਕ ਰਾਹਤ ਕੈਂਪ ਆ ਜਿਹੜਾ ਭੈਣੀ ਪਿੰਡ ਆ, ਅਤੇ ਹੁਣ ਕੱਲ੍ਹ ਤੋਂ ਅਸੀਂ ਜਿਹੜਾ ਰਾਊ ਵਾਲੇ ਸਕੂਲ ਦੇ ਵਿੱਚ ਉੱਥੇ ਵੀ ਰਾਹਤ ਕੈਂਪ ਸ਼ੁਰੂ ਕਰਨ ਲੱਗੇ ਹਾਂ, ਅਤੇ ਇਹ ਜਿਹੜੇ ਸਾਰੇ ਜਿਹੜੇ ਮੇਰੇ ਸਾਡੇ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰ ਰਹੇ ਹਾਂ। ਕਿੰਨੇ ਕੁ ਪਰਿਵਾਰ ਜਿਹੜੇ ਹੈਗੇ ਨੇ ਹੁਣ ਪਿੱਛੇ ਹੀ ਦੇਖ ਕੇ ਆਏ ਹੈਗੇ ਆ? ਇਹ ਪਰਿਵਾਰ, ਇਹ ਦੋ ਪਿੰਡ ਨੇ ਜੀ ਪੂਰੇ, ਇਹ ਤਿੰਨ ਪਿੰਡ ਜੀ, ਇਹ ਸਾਡਾ ਸੰਘੇੜਾ, ਇੱਕ ਸਾਡਾ ਹੈਗਾ ਕੰਬੋਕਲਾਂ, ਕੰਬੋ ਖੁਰਦ ਅਤੇ ਪਰਲੀ ਵਾਲਾ, ਇਹ ਸਾਡੇ ਸਾਰੇ ਪਿੰਡ ਹੀ ਨੇ। ਇਹ ਪਿੰਡਾਂ ਦੇ ਵਿੱਚ ਮਿਲਦਾ ਤਕਰੀਬਨ ਹੋਊਗਾ 200 ਪਰਿਵਾਰ ਇਹਨਾਂ ਦੇ ਵਿੱਚ ਸਾਰੇ ਪਿੰਡਾਂ ਦੇ। ਟੋਟਲ ਜੇ ਆਪਾਂ ਗੱਲ ਕਰੀਏ ਪਿੰਡਾਂ ਦੀ, ਤਾਂ ਟੋਟਲ ਕਿੰਨੇ ਪਿੰਡ ਪਰਿਵਾਰ?
ਸਾਡੇ ਇਹ ਚਾਰ ਪਿੰਡ ਨੇ ਜੀ ਚਾਰ ਪਿੰਡ ਸਾਡੇ ਜਿਹੜੇ ਹੈਗੇ ਕਿਉਂਕਿ ਬੰਨ ਦੇ ਅੰਦਰਲੇ ਪਾਸੇ ਨੇ ਤੇ ਇਹ ਹਰੇਕ ਵਾਰ ਪ੍ਰਭਾਵਿਤ ਹੁੰਦੇ ਆ ਕੈਮਰਾ ਸਾਹਿਬ ਤੁਸੀਂ ਪਿਛਲੀ ਵਾਰੀ ਜਦੋਂ ਆਪਾਂ ਦੌਰਾ ਕੀਤਾ ਸੀ ਆਮ ਲੋਕਾਂ ਦੀ ਇੱਕ ਮੰਗ ਸੀਗੀ ਔਰ ਤੁਸੀਂ ਉਹਨਾਂ ਨੂੰ ਕਹਿ ਚੁੱਕਿਆ ਕਿ ਅਸੀਂ ਪਿੰਡ ਤੋਂ ਬਾਅਦ ਇਹ ਜਗ੍ਹਾ ਵੀ ਮੁਹੱਈਆ ਕਰਾਵਾਂਗੇ ਬਿਲਕੁਲ ਜੀ ਉਹ ਸਾਰੀ ਗੱਲਬਾਤ ਹੋ ਗਈ ਆ ਸੰਘੇੜੇ ਪਿੰਡ ਨੂੰ ਇੱਥੇ ਅਸੀਂ ਬੰਨ ਦੇ ਬਾਹਰਲੇ ਪਾਸੇ ਜਗ੍ਹਾ ਹੈਗੀ ਆ ਇੱਥੇ ਅਸੀਂ ਜਿੰਨੇ ਵੀ ਘਰ ਸਾਡੇ ਸੰਘੇੜੇ ਪਿੰਡ ਦੇ ਜਿੰਨੇ ਪਰਿਵਾਰ ਨੇ ਅਸੀਂ ਹਰੇਕ ਪਰਿਵਾਰ ਨੂੰ ਪੰਜ ਪੰਜ ਮਰਲੇ ਦਾ ਪਲਾਟ ਦੇ ਕੇ ਕਮਰਾ ਬਣਾ ਕੇ ਦੇਣਾ ਮੈਂ ਐਲਾਨ ਕੀਤਾ ਸੀ ਅਤੇ ਹੁਣ ਵੀ ਅੱਜ ਵੀ ਮੇਰੀ ਡੀ ਸੀ ਸਾਹਿਬ ਨਾਲ ਗੱਲ ਹੋ ਗਈ ਆ ਉਹ ਥੋੜ੍ਹੇ ਜਿਹਾ ਜਿਹੜਾ ਪੰਚਾਇਤਾਂ ਦੇ ਜਿਹੜੇ ਆ ਭੰਗ ਉਹ ਕਰਕੇ ਉਹਨਾਂ ਦੇ ਮਤੇ ਨਹੀਂ ਪਏ ਹੁਣ ਅਗਲੇ ਹਫ਼ਤੇ ਜਿਹੜਾ ਹੈਗਾ ਉਹਨਾਂ ਦੇ ਮਤਿਆਂ ਦੀ ਜਿਹੜੀ ਕਾਰਵਾਈ ਸ਼ੁਰੂ ਹੋ ਜਾਣੀ ਮਤੇ ਪਾ ਕੇ ਹਰੇਕ ਪਰਿਵਾਰ ਨੂੰ ਪੰਜ ਪੰਜ ਮਰਲੇ ਦਾ ਪਲਾਟ ਦੇ ਕੇ ਅਤੇ ਉਹਨਾਂ ਦੇ ਉੱਤੇ ਜਿਹੜੇ ਕਮਰੇ ਆ ਉਹ ਉਸਾਰਾਂਗੇ ਹੁਣ ਅਸੀਂ ਕਮਰੇ ਕੋਈ ਅੰਦਰ ਨਹੀਂ ਬਣਾ ਕੇ ਦਿੰਦੇ ਦੇਖੋ ਅੱਗੇ ਕੀ ਸੀਗਾ ਅੱਗੇ ਜਦੋਂ ਵੀ ਹੜ੍ਹ ਆਉਂਦੇ ਸੀ ਅੰਦਰ ਕੋਠਾ ਢਹਿ ਗਿਆ ਕੋਠੇ ਦੇ ਉਹਨੂੰ ਪੈਸੇ ਦੇ ਦੇ ਚਾਹੇ ਕੋਠਾ ਬਣਾਵੇ ਨਾ ਬਣਾਵੇ ਪਰ ਹੁਣ ਅਸੀਂ ਕੋਠੇ ਦੇ ਪੈਸੇ ਨਹੀਂ ਦੇਣੇ ਹੁਣ ਅਸੀਂ ਕੋਠਾ ਬਣਾ ਕੇ ਦੇਣਾ ਅਤੇ ਬਾਹਰਲੇ ਪਾਸੇ ਅਤੇ ਸਾਰੇ ਲੋਕ ਸਹਿਮਤ ਨੇ ਕਿਉਂ ਜੀ ਸਾਰੇ ਸਹਿਮਤ ਉਹਨਾਂ ਦੇ ਉੱਤੇ ਬਾਹਰ ਸਾਰੇ ਲੋਕ ਸਹਿਮਤ ਨੇ ਆਪਾਂ ਕਹਿ ਸਕਦੇ ਕਿ ਹਿਸਟਰੀ ਦਾ ਰਿਕਾਰਡ ਹੋ ਗਿਆ ਕਿ ਇਹ ਲੋਕ ਜਿਹੜੇ ਸੀਗੇ 1947 ਦੇ ਵਿੱਚ ਬੈਠੇ ਸੀਗੇ ਔਰ 1947 ਤੋਂ ਬਾਅਦ ਜਿਹੜਾ ਹੈਗਾ ਹੁਣ 2023 ਦੇ ਵਿੱਚ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਬਾਹਰ ਜਗ੍ਹਾ ਮਿਲਦੀ ਹੈਗੀ ਔਰ ਇਹ ਸੁਰੱਖਿਅਤ ਰਹਿਣਗੇ ਅੱਗੇ ਬਿਲਕੁਲ ਜੀ ਬਿਲਕੁਲ ਇਹ ਜਿਵੇਂ ਕਹਿੰਦੇ ਵੀ ਵਾਕਈ ਹਿਸਟਰੀ ਦੀ ਗੱਲ ਹੋ ਜਾਣੀ ਆ ਕਿ ਹਿਸਟਰੀ ਦੇ ਵਿੱਚ ਨਵੇਂ ਪਿੰਡ ਕਦੇ ਨਹੀਂ ਸਾਰੇ ਗਏ ਅਤੇ ਅਸੀਂ ਜਿਵੇਂ ਵੱਡੇ ਵੱਡੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਜਿਵੇਂ ਸਲੰਮ ਏਰੀ 'ਚੋਂ ਬਾਹਰ ਕੱਢ ਕੇ ਉੱਥੇ ਫਲੈਟ ਬਣਾ ਕੇ ਦਿੱਤੇ ਆ ਅਸੀਂ ਮੈਂ ਫਲੈਟਾਂ ਦਾ ਦਾਦੀ ਕਹਿ ਰਿਹਾ ਪਰ ਮੈਂ ਕਹਿੰਦਾ ਵੀ ਉੱਥੋਂ ਦਰਿਆ ਦੇ ਵਿੱਚੋਂ ਕੱਢ ਕੇ ਇਹਨਾਂ ਨੂੰ ਬਾਹਰ ਪਲਾਟ ਦੇ ਕੇ ਇਹਨਾਂ ਦੀ ਵਧੀਆ ਕਲੋਨੀਆਂ ਸਾਰਾਂਗੇ ਅਤੇ ਉਹਨਾਂ ਕਲੋਨੀਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਆਵਾਂਗੇ ਪਰ ਇੱਕ ਵਾਅਦੇ ਨਾਲ ਆ ਕਿ ਉਦੋਂ ਬਾਅਦ ਇਹ ਵਾਪਸ ਦਰਿਆ ਦੇ ਵਿੱਚ ਨਹੀਂ ਜਾਣਗੇ ਨਹੀਂ ਪਰ ਉਹਨਾਂ ਵਾਸਤੇ ਕੰਡੀਸ਼ਨ ਲਾਈ ਜਾਊਗੀ ਜੀ ਕੋਈ ਕੰਡੀਸ਼ਨ ਬਿਲਕੁਲ ਜੀ ਵੇਖੋ ਉਹਦੇ ਵਿੱਚ ਇਹਨਾਂ ਤੋਂ ਐਫੀਡੈਵਿਟ ਸਾਈਨ ਕਰਾਏ ਜਾਣਗੇ ਕਿ ਦੁਬਾਰਾ ਤੁਸੀਂ ਦਰਿਆ ਦੇ ਵਿੱਚ ਨਹੀਂ ਜਾਣਾ ਜੇ ਤੁਹਾਡੇ ਲਈ ਅਸੀਂ ਇੰਨਾ ਵੱਡਾ ਕੰਮ ਕਰ ਰਹੇ ਹਾਂ ਤੁਹਾਨੂੰ ਜਗ੍ਹਾ ਦੇ ਰਹੇ ਹਾਂ ਤੁਹਾਨੂੰ ਕਮਰੇ ਬਣਾ ਕੇ ਦੇ ਰਹੇ ਹਾਂ ਅਤੇ ਇਹ ਤੋਂ ਬਾਅਦ ਜੇ ਤੁਸੀਂ ਫਿਰ ਦਰਿਆ ਦੇ ਵਿੱਚ ਜਾਓਗੇ ਤਾਂ ਇਹ ਤੋਂ ਬਾਅਦ ਤੁਸੀਂ ਕਿੱਥੋਂ ਲੈ ਜੀ ਰੇਸ਼ਮ ਸਿੰਘ ਕਿਹੜੇ ਪਿੰਡ ਤੋਂ ਸੰਘੇੜਾ ਦੇ ਰੇਸ਼ਮ ਸਿੰਘ ਜੀ ਜੇ ਗੱਲ ਕਰੀਏ ਤੁਹਾਡੇ ਪਿੰਡ ਦੇ ਤੁਹਾਡੇ ਪਾਣੀ ਦੇ ਪੱਧਰ ਦੀ ਤਾਂ ਕਿੱਦਾਂ ਦੱਸ ਪਾਣੀ ਜੀ ਬਹੁਤ ਚੜਿਆ ਅੱਗੇ ਦੋ ਤਿੰਨ ਦਿਨ ਲੈ ਗਿਆ ਸੀ ਹੁਣ ਚਾਰ ਪੰਜ ਦਿਨ ਫਿਰ ਚੜ ਗਿਆ ਬਹੁਤ ਅਸੀਂ ਤਾਂ ਖਰਾਬ ਹੋਈ ਜਾਂਦੇ ਹਾਂ ਅਤੇ ਅਸੀਂ ਤਾਂ ਤੰਗ ਬਹੁਤ ਹਾਂ ਕੋਈ ਰਸ ਰੁਸਣ ਕੋਈ ਨਹੀਂ ਆ ਰਿਹਾ ਕਿੰਨੇ ਕੁ ਲੋਕ ਨੇ ਪਿੰਡ ਦੇ ਅੰਦਰ ਫਸੇ ਇੱਥੇ ਬਹੁਤ ਘਰ ਸਾਰਾ ਪਿੰਡ ਹੀ ਬੈਠਾ ਜੀ ਦੋ ਕੁ ਘਰ ਇੱਥੇ ਬਣ ਤੇ ਤੁਰੇ ਫਿਰਦੇ ਮਾਲ ਪਸੋਲੇ ਹੋਰ ਕੋਈ ਵੀ ਨਹੀਂ ਘਰ 'ਚ ਬਾਕੀ ਅੰਦਰ ਆ ਕੋਈ ਨਹੀਂ ਜਾਂਦਾ ਜੀ ਮਾੜਾ ਮੋਟੀ ਕੋਈ ਪਕਾ ਪਕੂ ਕੇ ਖਾ ਲੈਣੇ ਕੱਚੀਆਂ ਪੱਕੀਆਂ ਹੋਰ ਕੋਈ ਸਾਨੂੰ ਕੋਈ ਕੋਈ ਨਹੀਂ ਆ ਰਿਹਾ ਰਸ ਰੁਸ ਕੋਈ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਹੋਈ ਆ ਵੀ ਪਿੰਡ ਤੋਂ ਬਾਹਰ ਆ ਜਾਓ ਜਾਂ ਕੱਢ ਰਿਹਾ ਪ੍ਰਸ਼ਾਸਨ ਹਾਂਜੀ ਉਹ ਕਿਹਾ ਜੀ ਸਾਨੂੰ ਕਿਹਾ ਜੀ ਬਾਹਰ ਆ ਜਾਓ ਅਤੇ ਕਿਸ਼ਤੀ ਇੱਕ ਤੁਹਾਨੂੰ ਹੋਰ ਦਿੰਦੇ ਹਾਂ ਤੁਸੀਂ ਬਾਹਰ ਆ ਜਾਓ ਅਤੇ ਲੋਕ ਕਿਉਂ ਨਹੀਂ ਆ ਰਹੇ ਬਾਹਰ ਇਹ ਜੀ ਬਾਹਰ ਥਾਂ ਹੈ ਨਹੀਂ ਕੋਈ ਬਹਿਣ ਖਲੋਣ ਨੂੰ ਤਾਂ ਕੋਈ ਤਰਪਾਈਲਾਂ ਨਹੀਂ ਹੈਗੀਆਂ ਪਾਰਟੀਆਂ ਪੁਰਾਣੀਆਂ ਹੈਗੀਆਂ ਉਹਦੇ ਨਾਲ ਕੰਮ ਨਹੀਂ ਚੱਲਦਾ ਸੀ ਕਿੱਥੇ ਨੰਗੇ ਧੜਦੇ ਬਹਿ ਜੀ ਗਰਮੀ ਬਹੁਤ ਆ MLA ਸਾਹਿਬ ਆਏ ਸੀਗੇ ਉਹ ਤੁਹਾਨੂੰ ਮੇਰੇ ਸਾਰਿਆਂ ਨੂੰ ਕੀ ਕਹਿ ਕੇ ਗਏ ਉਹ ਸਾਨੂੰ ਕਹਿ ਕੇ ਗਏ ਜੀ ਤੁਹਾਨੂੰ ਥਾਂ ਲੈ ਕੇ ਦਿੰਦੇ ਹਾਂ ਮਕਾਨ ਪਾ ਕੇ ਦਿੰਦੇ ਹਾਂ ਅਤੇ ਬਾਹਰ ਤੁਹਾਨੂੰ ਕੱਢ ਦਿੰਦੇ ਹਾਂ ਆਹ ਗੱਲ ਕਹੀ ਹੈ ਜੀ ਵੇਖੋ ਹੁਣ ਪਾ ਕੇ ਦਿੰਦੇ ਆ ਜਾਂ ਨਹੀਂ ਦਿੰਦੇ ਤਾਂ ਉਹਨਾਂ ਨੂੰ ਪਤਾ ਪਰ ਉਹਨਾਂ ਵੱਲੋਂ ਅਨਾਊਂਸਮੈਂਟ ਕੀਤੀ ਗਈ ਹੈ ਹਾਂਜੀ ਅਨਾਊਂਸਮੈਂਟ ਕੀਤੀ ਗਈ ਕਿੰਨੇ ਲੋਕਾਂ ਨੂੰ ਮਕਾਨ ਪਾ ਕੇ ਦੇਣਗੇ ਇਹ ਜੀ ਉਹ ਤਾਂ ਅਸੀਂ ਇਸ ਪਿੰਡ ਸੰਘੇੜੇ ਨੂੰ ਸਾਰਿਆਂ ਨੂੰ ਬਾਹਰ ਕੱਢ ਦਿਆਂਗੇ ਸਾਰੇ ਪਿੰਡ ਹਾਂ ਸ਼੍ਰੀਵਾਲਾ ਸ਼੍ਰੀਵਾਲ ਦੀ ਆਪਾਂ ਗੱਲ ਕਰੀਏ ਇਸ ਤਰੀਕੇ ਨਾਲ ਪਾਣੀ ਦਾ ਪੱਧਰ ਜਿਹੜਾ ਹੈਗਾ ਹੁਣ ਇਸ ਵੇਲੇ ਕੀ ਪੋਜੀਸ਼ਨ ਹੈ ਇਸ ਵੇਲੇ ਦੇਖੋ ਜੀ ਪਹਿਲੋਂ ਇਹ 9 ਤੋਂ ਆਇਆ 11 ਨੂੰ ਫਿਰ ਬਹੁਤ ਜ਼ਿਆਦਾ ਆ ਗਿਆ ਜਦੋਂ ਬੰਨ ਟੁੱਟਿਆ ਉਸ ਤੋਂ ਬਾਅਦ ਇੱਥੇ ਸਾਡੇ ਪਿੰਡਾਂ ਦੇ ਵਿੱਚ ਤਾਂ ਹੁਣ ਮਹੀਨੇ ਦੇ ਕਰੀਬ ਹੋ ਚੱਲਿਆ ਪਾਣੀ ਵਗੀ ਜਾਂਦਾ ਹੈ ਅਤੇ ਅੱਜ ਵੀ ਬਹੁਤ ਜ਼ਿਆਦਾ ਪਾਣੀ ਤੁਸੀਂ ਇੱਧਰ ਨੂੰ ਦੇਖ ਸਕਦੇ ਜੇ ਅਤੇ ਬਹੁਤ ਨੁਕਸਾਨ ਹੈ ਕੋਈ ਚੀਜ਼ ਨਹੀਂ ਬਚੀ ਲੋਕਾਂ ਦੇ ਵਿੱਚ ਘਰ ਵੀ ਡਿੱਗ ਪਏ ਨੇ ਪਰਲੀ ਵਾਲਾ ਮੇਰੂ ਵਾਲਾ ਸ਼ੇਰੇ ਵਾਲਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਚਲੋ ਫਸਲ ਤਾਂ ਬਚਣੀ ਕੀ ਸੀ 6-6 ਫੁੱਟ ਰੇਤਾ ਪੈ ਗਈ ਹੈ ਅਤੇ ਪ੍ਰਸ਼ਾਸਨ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਸਾਡੀ ਕੋਈ ਨਾ ਕੋਈ ਜਿਹੜੀ ਵੀ ਮੁਆਵਜ਼ੇ ਦੀ ਜਾਂ ਕੋਈ ਰੇਤਾ ਕੱਢਣ ਦੀ ਇਹਦੀ ਸਹਾਇਤਾ ਕੀਤੀ ਜਾਵੇ ਕਿਸੇ ਦੇ ਮਕਾਨ ਡਿੱਗ ਪਿਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਪਸ਼ੂ ਡੰਗਰ ਨੇ ਉਹਨਾਂ ਦਾ ਮੰਦਾ ਹਾਲੇ ਕੋਈ ਸਰਕਾਰ ਚਾਰਾ ਕੋਈ ਚਲੋ ਸਮਾਜ ਸੇਵੀ ਤਾਂ ਬਹੁਤ ਮਦਦ ਕਰ ਰਹੇ ਨੇ ਉਹ ਤਾਂ ਲਿਆ ਰਹੇ ਨੇ ਜਿੰਨਾ ਵੀ ਹੋ ਸਕੇ ਸਹਿਯੋਗ ਕੀਤਾ ਜਾਵੇ ਬਾਕੀ ਅੱਗੋਂ ਪਰਮਾਤਮਾ ਦੇ ਪਾਸੇ ਜੋ ਹੋਣਾ ਕਿੰਨੇ ਕੁ ਪਰਿਵਾਰ ਜਿਹੜੇ ਹੈਗੇ ਨੇ ਅੰਦਰ ਹੈਗੇ ਨੇ ਇਹ ਅੰਦਰ ਜੀ 2-3 ਪਿੰਡ ਅੰਦਰ ਨੇ ਜਿਹੜੇ ਹੁਣ ਆਪਦੇ ਘਰਾਂ ਦੇ ਵਿੱਚ ਲੋਕ 2-2-4-4 ਜੀ ਬੈਠੇ 2-2-4-4 ਬਾਹਰ ਬੈਠੇ ਚੋਰੀ ਤੋਂ ਡਰਦੇ ਕਿਉਂ ਪਰਲੇ ਜਲੰਧਰ ਵਾਲੇ ਪਾਸਿਓਂ ਆ ਕੇ ਲੋਕ ਚੋਰੀ ਨਾ ਕਰ ਜਾਣ ਅਤੇ ਲੋਕ ਵਿੱਚ ਪਰਿਵਾਰ ਨਹੀਂ ਉੱਠਦੇ ਪਏ ਇਹ ਮੇਰੂ ਵਾਲਾ ਪਰਲੀ ਵਾਲਾ ਸੰਘੇੜਾ ਸ਼ੇਰੇ ਵਾਲਾ
ਤੇ ਦੂਸਰਾ ਆਪਣਾ ਥੱਲੇ ਕਬੱਡੀ ਵਾਲਾ ਇਹ ਇਹੋ ਜਿਹੇ ਟੋਟਲ ਕਿੰਨੇ ਪਿੰਡ ਪ੍ਰਭਾਵਿਤ ਹੋਏ ਟੋਟਲ ਜੀ 6 ਤੋਂ 7 ਤੋਂ 8 ਪਿੰਡ ਪ੍ਰਭਾਵਿਤ ਨੇ ਸਾਡੇ ਏਰੀਏ ਦੇ ਜਿਹੜੇ ਨੇ ਤੇ ਕੁਝ ਬਾਹਰ ਘਰਾਂ ਤੋਂ ਕੱਢ ਕੇ ਲੈਂਦਾ ਹਾਂਜੀ 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 ਕਿੰਨੇ ਪਰਿਵਾਰਾਂ ਨੂੰ ਲੈਂਦੇ ਇਹ 60 ਤੋਂ 70 ਪਰਿਵਾਰ ਜਿਹੜੇ ਬਾਹਰ ਬੈਠੇ ਆ ਭੈਣੀ ਮੰਡੀ ਦੇ ਵਿੱਚ ਕੱਢ ਕੇ ਲੈਂਦੇ ਆ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਨੇ ਐਸਡੀਐਮ ਮੈਡਮ ਤਹਿਸੀਲਦਾਰ ਸਾਹਿਬ ਤਿੰਨੇ ਉਹਨਾਂ ਨੇ ਸਾਨੂੰ ਵੋਟ ਦਿੱਤੀ ਹੋਈ ਹੈ ਤੇ ਉਹਨਾਂ ਨੇ ਪੂਰਾ ਸਹਿਯੋਗ ਵੈਸੇ ਪ੍ਰਸ਼ਾਸਨ ਨੇ ਕੀਤਾ ਤੇ ਉਹਦੇ ਨਾਲ ਕੰਮ ਚੱਲੀ ਜਾਂਦਾ ਜੀ ਬੋਰਡ 'ਚ ਤੇਲ ਵੀ ਪੈਂਦਾ ਹੋਣਾ ਹਾਂਜੀ ਹਾਂਜੀ ਬੋਰਡ 'ਚ ਤੇਲ ਪੈਂਦਾ ਹੈ ਬਹੁਤ ਤੇਲ ਪੈਂਦਾ ਜੀ ਉਹ ਤੇਲ ਮੈਡਮ ਐਸਡੀਐਮ ਵੱਲੋਂ ਸਾਨੂੰ ਪੰਪ ਤੇ ਕਿਹਾ ਆਇਆ ਹੈ ਤੇ ਉੱਥੋਂ ਅਸੀਂ ਤੇਲ ਜਿੰਨਾ ਸਾਨੂੰ ਚਾਹੀਦਾ ਅਸੀਂ ਲਈ ਆਉਂਦੇ ਹਾਂ ਤੇ ਉਹ ਸਾਨੂੰ ਮਿਲੀ ਜਾਂਦਾ ਹੈ ਪਰ ਸੋਨੂੰ ਸੰਘੇੜਾ ਜੀ ਕਿਹੜੇ ਪਿੰਡ ਤੋਂ ਜੀ ਸੰਘੇੜਾ ਸੰਘੇੜਾ ਕਿੱਦਾਂ ਦੇ ਹਾਲਾਤ ਹੈ ਤੁਹਾਡੇ ਹਾਲਾਤ ਜੀ ਤੁਹਾਨੂੰ ਤੁਸੀਂ ਦੇਖ ਰਹੇ ਹੋ ਪਾਣੀ ਬਹੁਤ ਆ ਰਿਹਾ ਤੇ ਐਮਐਲਏ ਸਾਹਿਬ ਕਹਿ ਕੇ ਗਏ ਆ ਕਿ 7 ਲੱਖ ਪਾਣੀ ਆਉਣਾ ਅਤੇ 1.5 ਲੱਖ ਜਿੱਦਾਂ ਆ ਚੁੱਕਿਆ ਅਤੇ ਤੁਸੀਂ ਦੇਖ ਰਹੇ ਹੋ ਕਿ ਅੱਧਾ ਪਿੰਡ ਡੁੱਬਿਆ ਅੱਧਾ ਬਾਹਰ ਹੈ ਅਤੇ ਅੱਧਾ ਵਿੱਚ ਹੈ ਦੇਖੋ ਜੀ ਆ ਕੇ ਕਹਿ ਤਾਂ ਜਾਂਦੇ ਆ ਜਿੱਦਾਂ ਕਿ ਹੁਣ ਇਹਨਾਂ ਦਾ ਬਾਹਰ ਆ ਕੇ ਟਿਕਾਣਾ ਨਹੀਂ ਹੈਗਾ ਕਿੱਥੇ ਰਹਿਣਗੇ ਬਣ ਤਾਂ ਆ ਜਾਂਦੇ ਕਈ ਅਤੇ ਕਈ ਪਿਛਲੀ ਵਾਰ ਵੱਡੇ ਸਕੂਲ ਉੱਤੇ ਇਹਨਾਂ ਦਾ ਪ੍ਰਬੰਧ ਕਰਵਾਇਆ ਗਿਆ ਸੀਗਾ ਅਤੇ ਫਿਰ ਇੱਦਾਂ ਸਕੂਲ ਬੰਦ ਹੋਣ ਕਰਕੇ ਫਿਰ ਉਹਨਾਂ ਨੂੰ ਬਾਹਰ ਫਿਰ ਇੱਥੇ ਆਉਣਾ ਪਿਆ ਅਤੇ ਕਿਉਂਕਿ ਬਾਹਰ ਕੋਈ ਟਿਕਾਣਾ ਹੈ ਨਹੀਂ ਇਹਨਾਂ ਨੂੰ ਮਤਲਬ ਇੱਕ ਖੁੱਲ੍ਹੀ ਜਗ੍ਹਾ ਚਾਹੀਦੀ ਜਿੱਥੇ ਕਿ ਜਿੰਨਾ ਟਾਈਮ ਪਾਣੀ ਨਹੀਂ ਜਾਂਦਾ ਮਤਲਬ ਸੁੱਕਦਾ ਜਾਂ ਪਿੱਛੋਂ ਨਹੀਂ ਬੰਦ ਹੁੰਦਾ ਉਹਨਾਂ ਟਾਈਮ ਇਹਨਾਂ ਨੂੰ ਬਾਹਰ ਕੀ ਨਾਮ ਜੀ ਤੁਹਾਡਾ ਮੱਕੜ ਸਿੰਘ ਜੀ ਮੱਕੜ ਸਿੰਘ ਜੀ ਕਿਹੜੇ ਪਿੰਡ ਦੇ ਸਰਪੰਚ ਹੋ ਅਸੀਂ ਪਰੈਲੀ ਵਾਲੇ ਮੇਰੂ ਵਾਲੇ ਜੀ ਕਿੱਦਾਂ ਦੇ ਹਾਲਾਤ ਹੈਗੇ ਨੇ ਜੇ ਹੁਣ ਗੱਲ ਕਰੀਏ ਹਾਲਾਤ ਜੀ ਬਹੁਤ ਜ਼ਿਆਦਾ ਹਿਸਾਬ ਨਾਲ 1.5 ਮਹੀਨਾ ਪਾਣੀ ਵਗ ਚੱਲਿਆ ਥੋੜ੍ਹਾ ਜਿਹਾ ਦੋਂਗਲਾਂ ਲੈ ਗਿਆ ਚੜ੍ਹ ਗਿਆ ਵੱਧ ਗਿਆ ਬਸ ਵਧੀ ਜਾਂਦਾ ਇੰਤਜ਼ਾਮ ਕਿੱਦਾਂ ਦੇ ਆ ਪ੍ਰਸ਼ਾਸਨ ਦੇ ਇੰਤਜ਼ਾਮ ਸਾਡੇ ਕੋਲ ਐਮਐਲਏ ਇੱਥੇ ਹੁਣ ਹੀ ਆਏ ਸੀ ਅਤੇ ਬੇਨਤੀ ਇਹੋ ਹੀ ਕੀਤੀ ਸੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਅਤੇ ਇੱਥੇ ਮੰਡੀ 'ਚ ਬੈਠੇ ਹਾਂ ਅਸੀਂ ਮਾਲ ਡੰਗਰ ਜੀ ਆ ਜਾਂ ਭੈਣੀ ਵਾਲੀ ਮੰਡੀ 'ਚ ਕਿੰਨੇ ਕੁ ਪਰਿਵਾਰ ਜਿਹੜੇ ਹੈਗੇ ਮੰਡੀ ਦੇ ਇੱਥੇ ਮੇਰੇ ਕੋਲ ਹੋਊਗਾ 50-60 ਜੀ ਹੋਊਗਾ ਹਾਂ ਅਤੇ 50 ਕੁ ਪਸ਼ੂ ਹੋਣਗੇ ਅਤੇ ਤੰਬੂ ਲਾਏ ਆ ਪ੍ਰਸ਼ਾਸਨ ਵੱਲੋਂ ਮਿਲ ਰਿਹਾ ਸਾਰਾ ਕੁਛ ਹਾਂਜੀ ਮਿਲ ਹੀ ਜਾਂਦਾ ਹੈ ਪਾਣੀ ਦਾ ਪੱਧਰ ਜੇ ਗੱਲ ਕਰੀਏ ਕਿੰਨਾ ਕੁ ਵਧਿਆ ਅੱਗੇ ਨੂੰ ਪਾਣੀ ਤਾਂ ਵਿੱਚ 2 ਕੁ ਦਿਨ ਘਟਿਆ ਸੀ ਪਹਿਲਾਂ ਉਹ 4-5 ਦਿਨ ਹੋ ਗਏ ਆ ਅਤੇ ਅੱਜ ਦੂਜਾ ਤੀਜਾ ਦਿਨ ਹੋ ਗਿਆ ਅੱਜ ਪਾਣੀ ਫਿਰ ਵਧੀ ਜਾਂਦਾ ਬਸ ਪਾਣੀ ਵਧੀ ਗਿਆ ਅਤੇ ਅਸੀਂ ਤਾਂ ਘਰ ਬਾਰ ਵੀ ਛੱਡ ਕੇ ਤਾਂ ਇੱਥੇ ਬੈਠੇ ਹਾਂ ਜਿੰਦੇ ਲੱਗੇ ਕੀ ਪਤਾ ਮਕਾਨ ਬਾੜ ਕਰਕੇ ਕਿੰਨੇ ਕੁ ਪਿੰਡ ਪ੍ਰਭਾਵਿਤ ਹੋਏ ਨੇ ਔਰ ਪੁਲਿਸ ਵੱਲੋਂ ਕਿੱਦਾਂ ਦੇ ਅਰੇਂਜਮੈਂਟ ਕੀਤੇ ਗਏ ਸਾਡੇ ਫਤਿਹਗੜ੍ਹ ਪਸ਼ਤੂਰ ਥਾਣਾ ਏਰੀਏ ਦੇ 2 ਪਿੰਡ ਆਉਂਦੇ ਆ ਜੀ ਹੜ੍ਹ ਦੇ ਵਿੱਚ ਸਾਡੇ ਵੱਲੋਂ ਇੱਥੇ ਫੋਰਸ ਤੈਨਾਤ ਕੀਤੀ ਗਈ ਹੈ ਕੰਟਰੋਲ ਰੂਮ ਬਣਿਆ ਹੋਇਆ ਵਾ ਜੀ ਅਤੇ ਪਬਲਿਕ ਨੂੰ ਇੱਥੇ ਅਵੇਅਰ ਕੀਤਾ ਜਾ ਰਿਹਾ ਵਾ ਅਤੇ ਘਰ ਖਾਲੀ ਕਰਾਉਣ ਲਈ ਉਹਨਾਂ ਨੂੰ ਅਨਾਊਂਸਮੈਂਟ ਹੀ ਕਰ ਰਹੇ ਹਾਂ ਜੀ ਅਤੇ ਕਿੰਨੇ ਕੁ ਜਿਹੜੇ ਪਰਿਵਾਰ ਹੈਗੇ ਨੇ ਬਾਹਰ ਆ ਗਏ ਨੇ ਜੀ ਕੁਝ ਘਰ ਆ ਗਏ ਜੀ ਕੁਝ ਹੈ ਗਿਆ ਅੱਜ ਉਹਨਾਂ ਨੂੰ ਵੀ ਅਸੀਂ ਉੱਥੇ ਅਵੇਅਰ ਕਰਕੇ ਅਨਾਊਂਸਮੈਂਟ ਕਰਵਾ ਰਹੇ ਹਾਂ ਅਤੇ ਕਹਿ ਰਹੇ ਹਾਂ ਜੀ ਬਾਹਰੋਂ ਕੀਤਾ ਜਾ ਰਿਹਾ ਉਹਨਾਂ ਦੇ ਹਾਂਜੀ ਕੀਤਾ ਜਾ ਰਿਹਾ ਜੀ ਅਤੇ ਹੋਰ ਵੈਸੇ ਹਾਲਾਤ ਜੇ ਦੇਖਿਆ ਤਾਂ ਹਾਲਾਤ ਕਿੱਦਾਂ ਦੇਖ ਰਹੇ ਹਾਲਾਤ ਇਸ ਟਾਈਮ ਤਾਂ ਕੰਟਰੋਲ ਵਿੱਚ ਆ ਜੀ ਵੈਸੇ ਕੰਟਰੋਲ ਵਿੱਚ ਹੀ ਰਹਿਣਗੇ ਅੱਗੇ ਬਾਕੀ ਇਹ ਕੁਦਰਤ ਦੀ ਮਰਜ਼ੀ ਆ ਜੀ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪੱਧਰ ਦੀ ਜੇ ਗੱਲ ਕਰੀਏ ਤਾਂ ਅੱਗੇ ਨੂੰ ਵਧਿਆ ਜੀ ਜਿੰਨਾ ਤੋਂ 1 ਮਹੀਨਾ ਲਗਭਗ ਪਹਿਲਾਂ ਆਇਆ ਸੀ ਪਾਣੀ ਉਹਦੇ ਨਾਲੋਂ ਡਾਊਨ ਹੀ ਆ ਜੀ ਉਹਦੇ ਨਾਲੋਂ ਜ਼ਿਆਦਾ ਨਹੀਂ ਗਾ ਕੋਈ ਖਤਰੇ ਦੀ ਨਿਸ਼ਾਨੀ ਕੋਈ ਕਿੱਦਾਂ ਦਾ ਇਸ ਟਾਈਮ ਕੋਈ ਖਤਰੇ ਦੀ ਨਿਸ਼ਾਨੀ ਨਹੀਂ ਪਰ ਫਿਰ ਵੀ ਸਾਡੀ ਫੋਰਸ ਬਿਲਕੁਲ ਅਲਰਟ ਆ ਅਸੀਂ ਪਬਲਿਕ ਨੂੰ ਬਿਲਕੁਲ ਪ੍ਰੋਪਰ ਅਵੇਅਰ ਕਰ ਰਹੇ ਇਹਦੇ ਸੰਬੰਧੀ ਜੀ ਥੈਂਕ ਯੂ ਹਾਂ ਪਬਲਿਕ ਦਾ ਸਹਿਯੋਗ ਲੈ ਰਹੇ ਹਾਂ ਅਸੀਂ ਪੂਰਾ ਇਹਦੇ ਵਿੱਚ ਜੀ ਜਿਹੜੇ ਦਰਿਆ ਦੇ ਵਿੱਚ ਲੋਕ ਨੇ ਉਹ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਕੋਆਪਰੇਟ ਕਰ ਰਹੇ ਆ ਕੁਝ ਕਿਸ਼ਤੀ ਰਹੀ ਤੁਸੀਂ ਦੇਖਿਆ ਹੀ ਆ ਪਹਿਲਾਂ ਵੀ ਆ ਵੀ ਰਹੇ ਆ ਇੱਧਰ ਜੀ ਦਰਿਆ ਦੇ ਇੱਧਰਲੇ ਬੰਨੇ